कैप्टन अमरिंदर सिंह के बाद अब भाजपा भी पहुंची अनाज मंडियों में। भाजपा मंत्री तरुण चुग का किसानों की ओर से किया गया विरोध। पंजाब प्रदेश कांग्रेस कमेटी को पार्टी के साथ जोड़ने के लिए शुरू की गई मुहिम के बाद अब सत्तारूढ़ पार्टियों ने भी मंडियों का रुख अख्तियार कर लिया है। इस कड़ी में आज अमृतसर की अनाज मंडी में भाजपा के राष्ट्रीय सचिव तरुण चुग ने दौरा किया और मंडी में धान खरीद की जाँच की। वहीं तरुण चुग ने FCI और जिला मंडी बोर्ड के अधिकारियों के साथ साथ किसानों से भी बात की और उनकी मुश्किलें सुनी। इतना ही नहीं, किसानों को दरपेश कुछ दिक्कतों को दूर करने के लिए चुग ने तुरंत अधिकारियों को निर्देश भी जारी किए। इस मौके पर तरुण चुग ने कैप्टन अमरिंदर सिंह की ओर से किसानों के साथ संपर्क साधे जाने की मुहिम को ड्रामेबाजी करार दिया। उन्होंने कहा कि कैप्टन अमरिंदर सिंह इस समय पंजाब में अपना आधार गंवा चुके हैं। वहीं तरुण चुग जब मंडी से बाहर निकल रहे थे, वहीं किसानों की ओर से उनको रोक कर उनके खिलाफ नारेबाजी की गई। उनको मजबूरन नीचे उतर कर किसानों की बात सुननी पड़ी। मैं गुरभजन सिंह चब्बा, किसान संघर्ष कमेटी पंजाब दा जिला प्रधान जी। इत्थे मंडी दे विच जिहड़ा वा किसानां दे नाल बहुत वड्डे पद्धर ते धक्केशाही हो रही आ। किसानां दा झोना जिहड़ा वा ओह 17% नमी आला जिहड़ा वा ओह वी जिहड़ा वा घट भाअ ते खरीद के जिहड़ा वा किसानां नाल सिद्धा ही धक्का कीता जा रिहा वा, जिहदे उत्ते असीं आण के 2-3 दुकानां तों जिहड़ियां ढेरियां वी चैक कीतियां वा, ਉਹਨਾਂ ਦੀ ਨਵੀਂ ਜਿਹੜੀ ਆ ਉਹ 17% ਹੀ ਆਈ ਆ, ਜਿਹੜੀ ਕਿ ਇੱਕ ਦੁਕਾਨ 492 ਨੰਬਰ ਜਿਹੜੀ ਆ ਆੜਤੀਏ ਦੀ, ਉਹਨੇ 1385 ਰੁਪਏ ਜਿਹੜਾ ਵਾ ਉਹ ਝੋਨਾ ਕਿਸਾਨ ਦਾ ਪਾਇਆ ਸੀਗਾ, ਤੇ ਜਿਹਦੇ ਕਾਰਨ ਜਿਹੜਾ ਅਸੀਂ ਉੱਥੇ ਗੱਲਬਾਤ ਕੀਤੀ ਤੇ ਮੌਕੇ ਦੇ ਉੱਤੇ ਮੁੜ ਕੇ ਜਿਹੜਾ ਵਾ ਉਹ ਆੜਤੀਆ ਸਾਨੂੰ ਕਹਿਣ ਲੱਗਾ ਮੈਂ 1500 ਤੇ 10 ਪਵਾ ਦੇਣਾ ਵਾ, ਜਿਹੜਾ ਅਸੀਂ ਇੱਥੇ ਵਿਰੋਧ ਕੀਤਾ। ਅਜੇ ਤੱਕ ਜਿਹੜਾ ਵਾ ਕੋਈ ਅਧਿਕਾਰੀ ਸਾਡੇ ਕੋਲ ਜਿਹੜਾ ਵਾ ਕਿਸਾਨਾਂ ਦੀ ਸਾਰ ਲੈਣ ਵਾਸਤੇ ਮੰਡੀ 'ਚ ਨਹੀਂ ਪਹੁੰਚਾ, ਜਿਹਦੇ ਕਾਰਨ ਅਸੀਂ ਜਿਹੜਾ ਵਾ ਇੱਥੇ ਐਂਟਰੀ ਗੇਟ 'ਤੇ ਆਣ ਕੇ ਨਾਰੇਬਾਜ਼ੀ ਵੀ ਕੀਤੀ ਆ। ਮੌਕੇ ਦੇ ਜਿਹੜੇ ਪੰਸਪ ਵੇਅਰ ਹਾਊਸ ਜਾਂ ਪਨਗਰੇ ਦੇ ਜਿੰਨੇ ਵੀ ਇੱਥੇ ਅਧਿਕਾਰੀ ਆ, ਉਹ 4-5 ਸਾਡੇ ਕੋਲ ਅਧਿਕਾਰੀ ਮੌਕੇ 'ਤੇ ਆਏ, ਜਿਨ੍ਹਾਂ ਨੂੰ ਅਸੀਂ ਆਪਣਾ ਦੁੱਖ ਦੱਸਿਆ, ਕਿਸਾਨਾਂ ਦੀ ਤਕਲੀਫ ਦੱਸੀ, ਪਰ ਉਹਨਾਂ ਨੇ ਜਿਹੜਾ ਵਾ ਸਾਫ਼ ਕਹਿ ਦਿੱਤਾ ਕਿ ਅਸੀਂ ਜਿਹੜਾ ਕੋਈ ਕਾਰਵਾਈ ਨਹੀਂ ਕਰਨੀ, ਜਿਹਦੇ ਕਾਰਨ ਸਾਨੂੰ ਜਿਹੜਾ ਵਾ ਉਹ ਦਾਲ 'ਚ ਕਾਲਾ ਦੇਤਾ। ਇਹਦੇ ਵਿੱਚ ਸਰਕਾਰ ਦੀ ਮਿਲੀ ਭੁਗਤ ਆ, ਸਰਕਾਰ ਆਪਣੀ ਮਿਲੀ ਭੁਗਤ ਨਾਲ ਕਿਸਾਨਾਂ ਦੀ ਲੁੱਟ ਕਰਵਾ ਕੇ ਅਤੇ ਇਹਨਾਂ ਨੂੰ ਕਰਜ਼ੇ ਦੇ ਬੋਝ ਥੱਲੇ ਦੱਬ ਕੇ ਖੁਦਕੁਸ਼ੀਆਂ ਕਰਨ ਵਾਸਤੇ ਜਿਹੜੇ ਮਜਬੂਰ ਆ। ਇੱਕ ਬੰਨੇ ਸਰਕਾਰ ਕਹਿ ਰਹੀ ਵੀ ਕਿਸਾਨਾਂ ਮਜ਼ਦੂਰਾਂ ਦੇ ਅਸੀਂ ਹਮਦਰਦ ਹਾਂ, ਕਿਸਾਨਾਂ ਦੇ ਅਸੀਂ ਬਾਂਹ ਫੜਾਂਗੇ, 17% ਤੋਂ ਘੱਟ ਜਿਹੜਾ ਨਵੀਂ ਵਾਲਾ ਝੋਨਾ ਜਿਹੜਾ ਆੜਤੀਆ ਖਰੀਦੂਗਾ ਜਾਂ ਖਰੀਦ ਏਜੰਸੀ ਖਰੀਦੂਗੀ ਉਹਦੇ ਉੱਤੇ ਜਿਹੜਾ ਵਾ ਪਰਚਾ ਦਰਜ ਹੋਊਗਾ, ਲਾਇਸੈਂਸ ਕੈਂਸਲ ਹੋਊਗਾ। ਪਰ ਇੱਥੇ ਸਾਫ਼ ਜਵਾਬ ਦਿੱਤਾ ਗਿਆ, ਜਦੋਂ ਸਾਡਾ ਇੱਥੇ ਵਿਰੋਧ ਹੋਇਆ ਤੇ ਤਰਨ ਜੁਗ ਜੀ ਜਿਹੜੇ ਉਹ ਇੱਥੇ ਪਹੁੰਚੇ, ਉਹਨਾਂ ਕੁਝ ਇੱਥੇ ਢੇਰੀ ਢਾਰੀ ਤੇ ਖਲੋ ਕੇ ਜਿਹੜਾ ਵਾ ਖਰੀਦ ਕੀਤੀ, ਜਿਹਦੇ ਕਾਰਨ ਅਸੀਂ ਵੀ ਇੱਥੇ ਨਾਰੇਬਾਜ਼ੀ ਕੀਤੀ ਆ ਸਰਕਾਰ ਦੇ ਖਿਲਾਫ, ਤੇ ਮਜਬੂਰਨ ਉਹਨਾਂ ਨੂੰ ਸਾਡੀ ਗੱਲ ਸੁਣਨੀ ਪਈ ਆ, ਤੇ ਉਤਰ ਕੇ ਗੱਡੀ 'ਚੋਂ ਸਾਨੂੰ ਵਿਸ਼ਵਾਸ ਦਿਵਾਉਣਾ ਪਿਆ ਕਿ ਉਹ ਆਪਣਾ ਜਿਹੜਾ ਆੜਤੀਆਂ ਨੇ ਜਿਹੜੀ ਲੁੱਟ ਕੀਤੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਅੱਜ ਤਰਨ ਚੁੱਗ ਜੀ ਆਏ ਸੀ ਆੜਤੀਆਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ, ਉਹਨਾਂ ਨੂੰ ਸਾਰਾ ਜਾਣੂ ਕਰਵਾਇਆ ਵੀ ਜਿਹੜਾ 17 ਨਵੀਂ ਵਾਲੀ ਪੈਡੀ ਆ ਕਿਸਾਨ ਲੈ ਕੇ ਆਉਂਦਾ ਉਹ ਸਾਰਾ ਗੌਰਮੈਂਟ ਨੂੰ ਪਾਇਆ ਜਾਂਦਾ, ਗੌਰਮੈਂਟ ਉਹਦੀ ਖਰੀਦ ਕਰ ਰਹੀ ਆ। ਜਿਹੜਾ 22-23 ਮੁੱਚ ਦਾ ਪੈਡੀ ਆ ਰਹੀ ਆ ਉਹ ਪ੍ਰਾਈਵੇਟ ਵਿਕਦੀ ਆ, ਕਿਉਂਕਿ ਉਹ ਕਿਸਾਨ ਦਾ ਗੌਰਮੈਂਟ ਦੇ ਬਾਰਦਾਨੇ 'ਚ ਨਹੀਂ ਪੈ ਸਕਦੀ, ਕਿਉਂਕਿ ਉਹ ਗਿੱਲਾ ਮਾਲ ਸੜ ਜਾਂਦਾ, ਇੰਨਾ ਟਾਈਮ ਉਹ ਕੱਢ ਨਹੀਂ ਸਕਦਾ, ਕਿਉਂਕਿ ਲਿਫਟਿੰਗ ਦੀ ਇੱਥੇ ਮੈਂ ਦੱਸੀ ਹੈ ਬੜੀ ਪ੍ਰੋਬਲਮ ਆ। ਜਿਹੜੇ ਸ਼ੈਲਰ ਲਾਡ ਕਰਨੇ ਸੀ ਉਹ ਅਜੇ ਤੱਕ ਕੀਤੇ ਨਹੀਂ ਆ, ਜਿਹੜੇ ਲਾਗੇ ਅੰਮ੍ਰਿਤਸਰ ਦੀ ਮੰਡੀ ਦੇ ਸ਼ੈਲਰ ਆ ਉਹ ਲਾਡ ਹੋ ਜਾਂਦੇ, ਫਿਰ ਇਹ ਪੈਡੀ ਜਿਹੜੀ ਆ ਚੁੱਕ ਕੇ ਉੱਥੇ ਲਾਈ ਜਾਵੇਗੀ। ਜਿੰਨਾ ਚਿਰ ਤੱਕ ਇਹ ਪੈਡੀ ਇੱਥੋਂ ਚੁੱਕੀ ਨਹੀਂ ਜਾਂਦੀ, ਕੱਲ੍ਹ ਨੂੰ ਬਾਰਿਸ਼ ਪੈ ਜਾਂਦੀ ਆ, ਹੁਣ ਤਾਂ ਰੱਬ ਸਾਥ ਦੇ ਰਿਹਾ, ਅਤੇ ਜੇ ਬਾਰਿਸ਼ ਪੈਂਦੀ ਆ ਤਾਂ ਪੈਡੀ ਉੱਤੇ ਬਾਰਿਸ਼ ਪੈ ਗਈ ਅਤੇ ਪੈਡੀ ਸੜਨ ਦਾ ਡਰ ਆ ਜੀ। ਅਤੇ ਮੈਂ ਸਰਕਾਰ ਤੋਂ ਇਹੋ ਹੀ ਮੰਗ ਕਰਾਂਗਾ ਵੀ ਆੜ੍ਹਤੀ ਹਮੇਸ਼ਾ ਸਰਕਾਰ ਦੇ ਨਾਲ ਰਿਹਾ, ਅਤੇ ਜਿਹੜੀ ਆੜ੍ਹਤੀ ਨੂੰ ਮੁਸ਼ਕਲ ਆ ਉਹਦੀ ਤੁਰੰਤ ਹੱਲ ਕੀਤੀ ਜਾਵੇ, ਕਿਸਾਨ ਨੂੰ ਕੋਈ ਇਹੋ ਜਿਹੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਵੀ ਜਿਹੜਾ ਉਹਦਾ ਰੇਟ ਘੱਟ ਲੱਗੇ। ਸੁੱਕੀ ਜਿਹੜੀ ਢੇਰੀ ਆ ਉਹ ਕਿਸਾਨ ਦੀ 1510 ਰੁਪਏ ਇੱਥੋਂ ਅਸੀਂ ਆੜ੍ਹਤੀ ਉਹਦੀ ਵੇਚ ਰਹੇ ਹਾਂ ਸਰਕਾਰ ਨੂੰ, ਅਤੇ ਬਾਕੀ ਜਿਹੜੀ ਲਿਫਟਿੰਗ ਆ ਇਹਦੀ ਪ੍ਰੋਬਲਮ ਜਿਹੜੀ ਹੱਲ ਕੀਤੀ ਜਾਵੇ ਛੇਤੀ ਛੇਤੀ। ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ, ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ, ਜੇ ਕੋਈ ਮਾੜੀ ਮੋਟੀ ਇਹੋ ਜਿਹੀ ਕੋਈ ਪ੍ਰੋਬਲਮ ਹੈਗੀ ਆ ਤਾਂ ਅਸੀਂ ਉਸੇ ਮੰਡੀ 'ਚ ਬੈਠੇ ਹਾਂ, ਅਸੀਂ ਹੱਲ ਕਰ ਦਿੰਦੇ ਹਾਂ। ਮੇਰਾ ਖਿਆਲ ਹੈ ਵੀ ਜਿਹੜੀ ਇੰਨਾ ਕੋਈ ਮਸਲਾ ਨਹੀਂ ਹੈਗਾ ਜਿਹੜਾ ਕਿਸਾਨ ਕਰ ਰਿਹਾ ਇਸ ਤਰ੍ਹਾਂ। ਹਾਂ, ਜੇ ਕੋਈ ਮੁਸ਼ਕਲ ਆਉਂਦੀ ਆ ਆੜ੍ਹਤੀ ਐਸੋਸੀਏਸ਼ਨ ਦਾ ਪ੍ਰਧਾਨ ਮੈਂ ਇੱਥੇ ਬੈਠਾ, ਮੈਂ ਉਸੇ ਕਿਸਾਨ ਦਾ ਮਸਲਾ ਹੱਲ ਕਰਾ ਕੇ ਦੇਵਾਂਗਾ ਜੇ ਕੋਈ ਨੂੰ ਇਹੋ ਜਿਹੀ ਮੁਸ਼ਕਲ ਆਉਂਦੀ ਆ। ਵੈਸੇ ਇਹ ਮੰਡੀ ਦੇ ਵਿੱਚ ਇਹੋ ਜਿਹੀ ਕੋਈ ਮੁਸ਼ਕਲ ਨਹੀਂ ਹੈਗੀ। ਅੰਮ੍ਰਿਤਸਰ ਸੇ ਕੈਮਰਾਮੈਨ ਤਸ਼ਿੰਦਰ ਪਾਲ ਸਿੰਘ ਕੇ ਸਾਥ ਜਤਿੰਦਰ ਸਿੰਘ ਕੀ ਰਿਪੋਰਟ।